ਦੋ ਗੱਡੀਆਂ ਹੋਈਆਂ ਆਮੋ ਸਾਹਮਣੇ ਹੋਈ ਜ਼ਬਰਦਸਤ ਟੱਕਰ ਔਰਤਾਂ ਨੂੰ ਲੱਗੀਆਂ ਸੱਟਾਂ ਹਸਪਤਾਲ ਦੇ ਵਿੱਚ ਸੜਕ ਸੁਰੱਖਿਆ ਫੋਰਸ ਨੇ ਕਰਵਾਇਆ ਭਰਤੀ ਤਾਂ ਖਬਰ ਸਾਹਮਣੇ ਆਈ ਹੈ ਬ੍ਰਹਮਪੁਰ ਤੋਂ ਜਿੱਥੇ ਕਿ ਨੰਗਲ ਦੇ ਬ੍ਰਹਮਪੁਰ ਦੇ ਵਿੱਚ ਦੋ ਗੱਡੀਆਂ ਆਮੋ ਸਾਹਮਣੇ ਹੋ ਗਈਆਂ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਗੱਡੀਆਂ ਦੀ ਜ਼ਬਰਦਸਤ ਟੱਕਰ ਹੋਈ ਤੇ ਟੱਕਰ ਤੋਂ ਬਾਅਦ ਜਿਹੜੇ ਇੱਕ ਗੱਡੀ ਵਾਲੇ ਨੇ ਉਹ ਮੌਕੇ ਤੇ ਫਰਾਰ ਹੋ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਗੱਡੀ ਦੇ ਵਿੱਚ ਜਿਹੜੇ ਤਿੰਨ ਨੌਜਵਾਨ ਸਨ ਉਹ ਤਿੰਨੇ ਮੌਕੇ ਤੇ ਫਰਾਰ ਹੋ ਗਏ ਕਿਉਂਕਿ ਉਹਨਾਂ ਦੇ ਵੱਲੋਂ ਕਾਫੀ ਜ਼ਿਆਦਾ ਡਰਿੰਕ ਕਰੀ ਗਈ ਸੀ ਤੇ ਜਿਹੜੀ ਦੂਸਰੀ ਗੱਡੀ ਹੈ ਉਹ ਜਵਾਲਾ ਜੀ ਤੋਂ ਮੱਥਾ ਟੇਕ ਕੇ ਦਿੱਲੀ ਵੱਲ ਨੂੰ ਜਾ ਰਹੀ ਸੀ ਤੇ ਰਸਤੇ ਦੇ ਵਿੱਚ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਦੇ ਵਿੱਚ ਦੋ ਔਰਤਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਜਿਹੜੀਆਂ ਕਿ ਗੱਡੀ ਦੇ ਵਿੱਚ ਸਵਾਰ ਹੋ ਕੇ ਜਵਾਲਾ ਜੀ ਤੋਂ ਦਿੱਲੀ ਵੱਲ ਨੂੰ ਜਾ ਰਹੀਆਂ ਸਨ ਤਾਂ ਅਚਾਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈਆਂ ਇਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਭਰਤੀ ਕਰਵਾਇਆ ਗਿਆ ਤੇ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਨੇ ਤੇ ਦੂਜੇ ਜਿਹੜੇ ਤਿੰਨ ਨੌਜਵਾਨਾਂ ਦੀ ਗੱਡੀ ਹੈ ਜਿਹੜੇ ਮੌਕੇ ਤੇ ਫਰਾਰ ਹੋ ਗਏ ਨੇ ਉਹਨਾਂ ਦੀ ਗੱਡੀ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਹਮ ਜੋਬਨੇਰ ਮਾਤਾ ਜਵਾਲਾ ਮਾਤਾ ਸੇ ਆ ਰਹੇ ਥੇ ਤੋ ਹਮਾਰੀ ਗਾੜੀ 60 ਕੀ ਸਪੀਡ ਪੇ ਥੀ ਇਹ ਤਿੰਨ ਬੰਦੇ ਥੇ ਗਾੜੀ ਕੇ ਅੰਦਰ ਤਿੰਨੋਂ ਨੰਗੇ ਥੇ ਤਿੰਨੋਂ ਨੇ ਦਾਰੂ ਪੀ ਰੱਖੀ ਥੀ ਹਮਨੇ ਖੂਬ ਬ੍ਰੇਕ ਮਾਰੇ ਹਾਰਨ ਵੀ ਵਜਾਇਆ ਮਗਰ ਇਹ ਰੁਕੇ ਨਹੀਂ ਇਹਨਾਂ ਨੇ ਲੈਫਟ ਮੇ ਦਬਾ ਦੀ ਪੂਰੀ ਗਾੜੀ ਇਹ ਮੇਰੀ ਗਾੜੀ ਕਾਗਜ਼ ਉਹ ਟੁੱਟ ਗਿਆ ਨੁਕਸਾਨ ਹੋ ਗਿਆ ਕਿੰਨੇ ਬੰਦੇ ਸੋ ਗਏ हमारी गाड़ी में हम 7 जने थे हम ज्वाला जी से दिल्ली जाते हैं माता के दर्शन करके दिल्ली जाते हैं चोट लगी है हाँ जी दो लेडीज है हमारी उनकी चोट लगी है वो हॉस्पिटल में गए हैं एक्स्ट्रा करवाने के लिए वो वहाँ क्या पता चलता है वो हमें देखना पड़ेगा भाजी की है मामला जी मौके पर पहुंचे हुए थे की है सारा सू कटोर की कॉल आई थी भाजी ये बंदे ज्वाला जी तो आ रहे थे दिल्ली जा रहे हैं वो पार्टी थे लोकल आनंदपुर साहब की है जो ओवरटेक करते हुए हो गया एक्सीडेंट का एक लेडीज लगी थोड़ी डर ਚੜ੍ਹਦੀ ਕਲਾ ਟਾਈਮ ਟੀਵੀ ਲਈ ਬ੍ਰਹਮਪੁਰ ਤੋਂ ਬੁੱਧ ਸਿੰਘ ਰਾਣਾ ਦੀ ਰਿਪੋਰਟ।